सब्सक्राइब करो दिव्या पंजाब टीवी अते बैल आइकन प्रेस करो नवीं अते ताजियां खबरां वेखण लई। कणक पक्कण नूं तैयार है ते किसान अपनी पुत्तां दी तरह पाली फसल मंडी दे विच लिया रहे ने। किसानां दीआं समस्यावां दा हल जानण दे लई अज कैबिनेट मंत्री सरदार तृप्त रजिंदर सिंह बाजवा अते डीसी गुरदासपुर मुहम्मद इशफाक विशेष तौर ते मार्केट कमेटी दफ्तर फतेहगढ़ चूड़ियां पहुंचे अते दफ्तर दे कर्मचारियों तों मंडी दे हालातां दे रख रखाव दे प्रबंधां नूं पूरी तरह समझिया अते दिव्या पंजाब टीवी दे पत्रकार पंकज पांधी दे नाल गलबात करदिआं डीसी ने दस्सिया कि मंडी दे विच पूरे प्रबंध मुकम्मल कर ले गए ने। किसानां नूं कोई चिंता करन दी लोड़ नहीं है, उन्हां दी फसल जल्द चुक ली जाएगी भावें 2 महीने ही क्यों ना लग जाण। वड्डे कंडे बंद होण बारे डीसी नूं जदों पत्रकार ने जाणू कराया तां उन्हां दस्सिया कि मंडी विच कंडिआं दी पूरी जांच कर ली गई है, जेकर बारी कंडे चालू करदिआं तां मंडी विच रश होण दा खदशा है। इस लई उन्हां किसानां नूं अपील कीती कि सरकारी हदायतां दी पालना करन अते अपनी कणक बिल्कुल सुक्की मंडी दे विच लियाउण ਤਾਂ ਜੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਸਰਦਾਰ ਬਾਜਵਾ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਨੂੰ ਪੂਰੀ ਤਰ੍ਹਾਂ ਪੱਕ ਜਾਣ ਤੇ ਹੀ ਮੰਡੀ ਦੇ ਵਿੱਚ ਲੈ ਕੇ ਆਓ, ਕਾਲੇ ਪੈਣ ਦੀ ਕੋਈ ਲੋੜ ਨਹੀਂ ਹੈ। ਤੁਹਾਡੀ ਕਣਕ ਦਾ ਇੱਕ ਇੱਕ ਦਾਣਾ ਸਰਕਾਰ ਚੁੱਕੇਗੀ ਅਤੇ ਤੁਸੀਂ ਸਰਕਾਰ ਦਾ ਸਾਥ ਦਿਓ। ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਤੋਂ ਮੈਨੂੰ ਜਾਣੂ ਕਰਾਉਣ, ਅਸੀਂ ਹੱਲ ਜ਼ਰੂਰ ਕਰਾਂਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਇਹ ਦਾਅਵੇ ਅਤੇ ਵਾਅਦੇ ਕਿੰਨੇ ਕੁ ਪੂਰੇ ਹੁੰਦੇ ਨੇ। ਸਰਕਾਰ ਜ਼ਿੰਮੇਵਾਰ ਹੈ ਇੱਥੋਂ ਡੀ ਸੀ ਸਾਹਿਬ ਆਏ ਆ ਇਸੇ ਕਰਕੇ ਵੀ ਕੋਈ ਪ੍ਰੋਬਲਮ ਹੈਗੀ ਦੱਸੀ, ਪਰ ਹਜੇ ਇਸੇ ਮੰਡੀ 'ਚ ਕਣਕ ਲੇਟ ਆ। ਜੇ ਲੋੜ ਪਵੇਗੀ ਤਾਂ ਜਦੋਂ ਵੀ ਸੱਦਣਗੇ ਫਿਰ ਆਵਾਂਗੇ। ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਜਾਂਦਾ ਅਤੇ ਕਿਸਾਨਾਂ ਨੂੰ ਅਪੀਲ ਆ ਉਹ ਕਣਕ ਛੇਤੀ ਨਾ ਵਡਾਉਣ, ਹਰੀ ਨਾ ਵਡਾਉਣ ਅਤੇ ਗਿੱਲੀ ਨਾ ਵਡਾਉਣ। ਕਣਕ ਜਦੋਂ ਪੱਕ ਜਾਏਗੀ ਉਦੋਂ ਹੀ ਲਿਆਉਣ। ਅਸੀਂ ਜ਼ਿੰਮੇਵਾਰ ਹਾਂ, ਭਾਵੇਂ 2 ਮਹੀਨੇ ਸੀਜ਼ਨ ਚੱਲੇ ਇੱਕ ਇੱਕ ਦਾਣਾ ਚੁੱਕਾ। ਸਰ ਜੈ ਘੋਸ਼ ਦਾ ਨਾਰਾ ਲਗਾਇਆ ਜਾ ਰਿਹਾ ਪੰਜਾਬ ਦੇ ਵਿੱਚ, ਕੀ ਜਿਹੜਾ ਕਿਸੇ ਧਰਮ ਨੂੰ ਮੰਨਦਾ ਵਾ ਉਹਦਾ ਨਾਰਾ ਲਾਵੇ। ਸਿਰਫ ਇਹ ਹੈ ਵੀ ਮੋਦੀ ਸਾਹਿਬ ਨੂੰ ਇਹ ਦੱਸਣਾ ਵਾ ਵੀ ਸਾਡੇ ਪੰਜਾਬ ਦੇ ਵਿੱਤੀ ਹਾਲਤ ਮਾੜੀ ਹੈ, ਥੋੜ੍ਹੀ ਮਦਦ ਕਰੋ ਸਾਡੀ, ਅਸੀਂ ਇਹ ਇਹਨਾਂ ਨੂੰ ਸਲਾਹ ਦੇਣਾ। ਸਰ ਜੇ ਮੋਦੀ ਨੇ ਆਖਿਆ ਥਾਲੀਆਂ ਖੜਕਾਓ ਜਾਂ ਮੋਮਬੱਤੀਆਂ ਜਗਾਓ ਤਾਂ ਕੀ ਕਾਂਗਰਸ ਨੇ ਜੈ ਘੋਸ਼ ਹੀ? ਚਲੋ ਕੋਈ ਨਹੀਂ, ਜੋ ਜੈ ਘੋਸ਼ ਨਹੀਂ ਕੋਈ ਗੁਰੂ ਬੋਲੇ ਸੋਹ ਨਾਲ ਆਖੇ, ਕੋਈ ਜੈ ਮਾਤਾ ਦੀ ਆਖੇ, ਜੋ ਕੋਈ ਹਲੇਲੂਈ ਆਖੇ, ਜੋ ਕਿਸੇ ਦਾ ਮਨ ਦਾ ਇਸ਼ਟ ਉਹ ਕਰੇ, ਕੋਈ ਗੱਲ ਨਹੀਂ। ਮੰਡੀ ਤੋਂ ਲੈ ਰਿਹਾ ਨਹੀਂ, ਪੰਜਾਬ 'ਚ ਸੁਣਦਾ ਅਤੇ ਨਾ ਸੌਂ ਦਿਆਂਗੇ। ਪੰਜਾਬ ਸਰਕਾਰ ਪੂਰੀ ਇਸ ਵੱਲੋਂ ਜਾਗਰੂਕ ਹੈ, ਕੋਈ ਗੱਲ ਨਹੀਂ। ਸਰ ਮੀਡੀਆ 'ਤੇ ਹਮਲੇ ਹੋ ਰਹੇ ਆ, ਪੁਲਿਸ ਵੱਲੋਂ ਕੀ ਕਹਿਣਾ ਜੀ? ਉਹਦੀ ਆਪਣੀ ਕਣਕ ਦੀ ਖਰੀਦਾ ਵੀ ਸ਼ੁਰੂ ਹੋ ਗਈ ਹੈ। ਕੱਲ੍ਹ ਅਸੀਂ 1200 ਕੂਪਨ ਲੈ ਕੇ ਆਉਂਦੇ ਸੀਗੇ, ਅੱਜ 1500 ਕੂਪਨ ਵੰਡੇ ਗਏ ਨੇ ਔਰ ਰੋਜ਼ ਦੇ 2500 ਕੂਪਨ ਵੰਡੇ ਜਾਇਆ ਕਰਨਗੇ। 70 ਕੁਇੰਟਲ ਇੱਕ ਕੂਪਨ ਦਾ ਹੈਗਾ ਐਵਰੇਜ ਹੀ ਰੱਖੀ ਜਾਂਦੇ ਆ, ਅਤੇ ਹੁਣ ਤੱਕ ਬਟਾਲਾ ਦੇ ਵਿੱਚ 70 ਟਨ ਆ ਗਈ ਹੈ ਸਾਡੀ ਫਸਲ, ਅਤੇ ਕੰਮ ਬਿਲਕੁਲ ਸਮੂਥ ਚੱਲ ਰਿਹਾ। ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਜ਼ਿੰਮੀਦਾਰ ਭਰਾਵਾਂ ਨੂੰ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਗਿੱਲੀ ਕਣਕ ਨਾ ਲੈ ਕੇ ਆਓ, ਸੁੱਕੀ ਲੈ ਕੇ ਆਓ, ਪੂਰਾ ਕੰਮ ਕਰਕੇ ਜਾਵਾਂਗੇ ਔਰ ਮੰਡੀਆਂ 'ਚ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਏਗੀ, ਸਿਰਫ ਘਬਰਾ ਕੇ ਆਪਣੀ ਗਿੱਲੀ ਕਣਕ ਨਾ ਲੈ ਕੇ ਆਓ। ਸਰ ਵੱਡਾ ਕੰਡੇ ਨਾ ਹੋਣ ਕਰਕੇ ਥੋੜ੍ਹੀ ਪਰੇਸ਼ਾਨੀ ਆ ਰਹੀ ਤੋਲ ਦੀ? ਜਿਹੜੀ ਸਰਕਾਰ ਦੀ ਪਾਲਿਸੀ ਹੈ ਉਹਦੇ ਸਾਰੇ ਚੱਲੇ ਜਾਂਦੇ, ਸਗੋਂ ਇਸ ਵਾਰੀ ਤਾਂ ਮੰਡੀਆਂ ਦੇ ਵਿੱਚ ਜਿਹੜੀ ਐਂਟਰੀ ਹੈ ਰਿਸਟ੍ਰਿਕਟਡ ਹੋਏਗੀ, ਕਿਸੇ ਨੂੰ ਪਰੇਸ਼ਾਨੀ ਨਹੀਂ ਕਰ ਦਿਆਂਗੇ। ਜਿਹੜੇ ਕੰਡੇ ਨੇ ਉਹ ਸਾਰੇ ਚੈੱਕ ਹੋ ਚੁੱਕੇ ਨੇ। ਜਿਹੜਾ ਇਹ ਹੈ ਕਿ ਵੀ ਟੋਕਨ ਦੇ ਨਾਲ ਐਂਟਰੀ ਹੋਏਗੀ, ਉਹਦੇ ਨਾਲ ਫਾਇਦਾ ਇਹ ਮੰਡੀ 'ਚ ਰਸ਼ ਨਹੀਂ ਪੈਣਾ, ਇਸ ਵਿੱਚ ਪਰੇਸ਼ਾਨੀ ਸਭ ਘਟੇਗੀ। ਥੈਂਕ ਯੂ ਜੀ, ਥੈਂਕ ਯੂ। ਫਤਿਹਗੜ੍ਹ ਚੂੜੀਆਂ ਤੋਂ ਪੰਕਜ ਪਾਂਧੀ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।